ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਮਨਦੀਪ ਕੌਰ ਸੰਧੂ। ਤੇ ਇਸ ਵੇਲੇ ਦੀ ਵੱਡੀ ਖਬਰ ਫਿਰ ਤੋਂ ਜਲੰਧਰ ਤੋਂ ਲੈ ਕੇ ਹਾਜ਼ਰ ਹੋਇਆ। ਸੋ ਦੱਸਦੇ ਚਲਦੇ ਕਿ ਜਲੰਧਰ ਦੇ ਵਿੱਚ ਰੈਪਿਡ ਟੈਸਟਿੰਗ ਜਿਹੜੀ ਹੋਸ ਦੀ ਸ਼ੁਰੂਆਤ ਹੋ ਗਈ ਹੈ ਤੇ ਉਸਦੇ ਜ਼ਰੀਏ ਹੁਣ ਜਿਹੜੇ ਦੋ ਦੀ ਜਿਹੜੀ ਰਿਪੋਰਟ ਹੈ ਉਹ ਪੋਜ਼ਿਟਿਵ ਆਈ ਹੈ ਤੇ ਇਸ ਦੇ ਵਿੱਚ ਹੀ 15 ਲੋਕਾਂ ਦੀ ਜਿਹੜੀ ਰਿਪੋਰਟ ਹੈ ਉਹ ਨੈਗੇਟਿਵ ਆਈ ਹੈ। ਸੋ ਦੋਨਾਂ ਪੋਜ਼ਿਟਿਵਾਂ ਦੇ ਵਿੱਚੋਂ ਇੱਕ ਹਸਪਤਾਲ ਹੈ, ਸਿਵਲ ਹਸਪਤਾਲ ਦਾ ਡਾਕਟਰ ਵੀ ਸ਼ਾਮਲ ਹੈ। ਸਿਹਤ ਵਿਭਾਗ ਦੇ ਵੱਲੋਂ ਹੁਣ ਉਹਨਾਂ ਦੇ ਜਿਹੜੇ ਥਰੋਟ ਸੈਂਪਲ ਹੈ ਉਹ ਲੈ ਜਾਣਗੇ। ਸੋ ਇੱਕ ਵਾਰ ਤੋਂ ਫਿਰ ਤੋਂ ਦੱਸਦੇ ਚਲਦੇ ਹਾਂ ਕਿ ਰੈਪਿਡ ਟੈਸਟ ਜਿਹੜੇ ਸੀ ਉਹ ਜਲੰਧਰ ਤੇ ਮੋਹਾਲੀ ਦੇ ਵਿੱਚ ਸ਼ੁਰੂ ਕਰਤੇ ਗਏ ਨੇ ਤੇ ਰੈਪਿਡ ਟੈਸਟ ਜਿਹੜੇ ਨੇ ਅੱਜ ਜਲੰਧਰ 'ਚ ਉਸਦੀ ਜਿਹੜੀ ਸ਼ੁਰੂਆਤ ਹੋਈ ਹੈ ਉਹਨਾਂ ਦੇ ਵਿੱਚੋਂ 17 ਲੋਕਾਂ ਦੀ ਜਿਹੜੀ ਰਿਪੋਰਟ ਹੈ ਉਹ ਨੈਗੇਟਿਵ ਆਈ ਹੈ। ਤੇ 17 ਲੋਕਾਂ ਦੇ ਟੈਸਟ ਕੀਤੇ ਗਏ ਸਨ, ਜੋ 15 ਦੀ ਜਿਹੜੀ ਰਿਪੋਰਟ ਹੈ ਨੈਗੇਟਿਵ ਆਈ ਹੈ ਤੇ 2 ਦੀ ਰਿਪੋਰਟ ਜਿਹੜਾ ਹੁਣ ਤੱਕ ਮੰਨਿਆ ਜਾ ਰਿਹਾ ਕਿ ਪੋਜ਼ਿਟਿਵ ਹੈ। ਉਹਨਾਂ ਦੇ ਵਿੱਚ ਸਿਵਲ ਹਸਪਤਾਲ ਦਾ ਇੱਕ ਡਾਕਟਰ ਵੀ ਸ਼ਾਮਲ ਹੈ। ਸੋ ਸਿਹਤ ਵਿਭਾਗ ਦੇ ਵੱਲੋਂ ਹੁਣ ਉਹਨਾਂ ਦੇ ਜਿਹੜੇ ਥਰੋਟ ਦੇ ਸੈਂਪਲ ਵੀ ਲੈ ਜਾਣਗੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਦੇ ਚੱਲਦੇ ਹਾਂ ਕਿ ਰੈਪਿਡ ਕਿੱਟ ਦੇ ਜ਼ਰੀਏ ਜਲੰਧਰ ਦੇ ਸਿਵਲ ਹਸਪਤਾਲ 'ਚ ਹੁਣ ਕੋਰੋਨਾ ਦੇ ਜਿਹੜੇ ਟੈਸਟ ਨੇ ਉਹ ਸ਼ੁਰੂ ਹੋ ਗਏ ਨੇ। ਪਹਿਲਾਂ ਸੈਂਪਲ ਜਿਹੜੇ ਸੀ ਅੰਮ੍ਰਿਤਸਰ ਜਾਂਦੇ ਸਨ ਤੇ ਹੁਣ ਜਿਹੜੇ ਰੈਪਿਡ ਕਿੱਟ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਜ਼ਰੀਏ ਜਿਹੜੇ ਹੁਣ ਨਾਲ ਦੀ ਨਾਲ ਜਿਹੜੀ ਰਿਪੋਰਟ ਹੈ ਉਹ ਇੱਥੇ ਹੀ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਹੈ ਆ ਜਾ ਕਰੇਗੀ। ਸੋ ਇਹ ਜਿਹੜੀ ਰਿਪੋਰਟ ਹੈ ਉਹ ਵੀ 15 ਕੁ ਮਿੰਟ ਦੇ ਤੱਕ ਹੀ ਜਿਹੜੀ ਹੈ ਪਹੁੰਚ ਜਾਏਗੀ, ਕਿਉਂਕਿ ਹੈਲਥ ਜਿਹੜੀਆਂ ਸਰਕਾਰੀ ਹੈਲਥ ਸੰਸਥਾਵਾਂ ਨੇ ਉਹ ਜਿਹੜੀਆਂ ਰੋਗੀਆਂ ਦਾ ਪਹਿਲਾਂ ਜਿਹੜਾ ਟੈਸਟ ਹੈ ਉਹ ਕਰਨਗੀਆਂ ਤੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਹੈ ਉਸਨੂੰ ਜਿਹੜੇ 7 ਦਿਨਾਂ ਦੇ ਜਿਹਨਾਂ ਦੇ ਲੱਛਣ ਦਿਖਾਈ ਦਿੰਦੇ ਸਨ ਤੇ ਉਹਨਾਂ ਦੇ ਜਿਹੜੇ ਖੂਨ ਦੇ ਸੈਂਪਲ ਲੈ ਜਾਣਗੇ ਤੇ ਉਹਨਾਂ ਦੀ ਜਿਹੜੀ ਰਿਪੋਰਟ ਹੈ 15 ਮਿੰਟ ਦੇ ਜਿਹੜੇ ਅੰਦਰ ਹੀ ਆ ਜਾਏਗੀ। ਸੋ ਇਸ ਦੇ ਨਾਲ ਆਪਣੇ ਦਰਸ਼ਕਾਂ ਨੂੰ ਇੱਕ ਜਾਣਕਾਰੀ ਦਿੰਦੇ ਚੱਲਦੇ ਹਾਂ ਕਿ ਇੱਥੇ ਹੀ ਸਿਹਤ ਵਿਭਾਗ ਦੇ ਵੱਲੋਂ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਮੱਦੇਨਜ਼ਰ ਜਿਹੜੇ ਨੇ ਹੌਟਸਪੌਟ ਏਰੀਏ, ਯਾਨੀ ਕਿ ਜਿਨ੍ਹਾਂ ਦੇ ਵਿੱਚ ਹੁਣ ਜਲੰਧਰ ਵੀ ਸ਼ਾਮਲ ਹੋ ਚੁੱਕਾ ਤੇ ਮੋਹਾਲੀ ਦੇ ਵਿੱਚ ਤਾਂ ਪਹਿਲਾਂ ਹੀ 56 ਕੇਸ ਨੇ। ਸੋ ਇੱਥੇ ਹੀ ਜਿਹੜੇ ਸਿਹਤ ਵਿਭਾਗ ਦੇ ਵੱਲੋਂ ਤੇ ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੇ ਦੋ ਸੂਬੇ ਨੇ ਮੋਹਾਲੀ ਤੇ ਜਲੰਧਰ ਉਹਨਾਂ ਦੇ ਵਿੱਚ ਰੈਪਿਡ ਟੈਸਟਿੰਗ ਦੀ ਜਿਹੜੀ ਸਹੂਲਤ ਹੈ ਉਹ ਲਾਂਚ ਕੀਤੀ ਗਈ ਸੀ, ਜਿਸ ਦੇ ਤਹਿਤ ਜਿਹੜੇ 17 ਹੌਟਸਪੌਟ ਜਿਹੜੇ ਪੜਾਅਬੱਧ ਨੇ ਉਹਨਾਂ ਨੂੰ ਵੀ ਜਿਹੜਾ ਪੂਰਾ ਜਿਹੜਾ ਢੰਗ ਦੇ ਨਾਲ ਕੀਤਾ ਜਾਵੇਗਾ। ਪਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਵੱਲੋਂ ਅੱਜ ਡੇਰਾਬੱਸੀ ਤੋਂ ਜਿਹੜੇ ਇਹ ਸੈਂਪਲ ਹੈ ਉਹ ਵੀ ਲੈਣੇ ਸ਼ੁਰੂ ਕੀਤੇ ਗਏ ਸਨ ਤੇ ਇਸ ਦੇ ਨਾਲ ਜਿਹੜੇ ਨੇ ਨਾਲ ਦੀ ਨਾਲ ਤੁਹਾਨੂੰ ਦੱਸਣ ਪੰਜਾਬ ਦੀ ਵਧੀਕ ਸਕੱਤਰ ਵਿਨੀ ਮਹਾਜਨ ਨੇ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਨੂੰ ICMR ਤੋਂ ਕੋਰੋਨਾ ਵਾਇਰਸ ਟੈਸਟ ਕਰਨ ਦੀਆਂ ਜਿਹੜੀਆਂ 1000 ਰੈਪਿਡ ਟੈਸਟਿੰਗ ਕਿੱਟਾਂ ਮਿਲੀਆਂ ਨੇ, ਜਿਸ ਦੇ ਜ਼ਰੀਏ ਮੋਹਾਲੀ ਤੇ ਜਲੰਧਰ ਨੂੰ 500-500 ਕਿੱਟਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਸੋ ਇਹਨਾਂ 500 ਕਿੱਟਾਂ ਦੇ ਵਿੱਚੋਂ ਅੱਜ ਜਿਹੜੀ ਹੈ ਜਲੰਧਰ ਦੇ ਵਿੱਚ ਇਸਦੀ ਸ਼ੁਰੂਆਤ ਹੋਈ ਸੀ ਤੇ ਉਸ ਸ਼ੁਰੂਆਤ ਦੇ ਜ਼ਰੀਏ ਜਿਹੜੇ 17 ਲੋਕਾਂ ਦੇ ਵਿੱਚ ਜਿਹੜੇ ਟੈਸਟ ਕੀਤੇ ਗਏ ਸਨ ਤੇ ਉਹਨਾਂ ਦੇ ਵਿੱਚੋਂ 15 ਦੀ ਜਿਹੜੀ ਰਿਪੋਰਟ ਹੈ ਉਹ ਨੈਗੇਟਿਵ ਪਹੁੰਚੀ ਹੈ। ਰਾਹਤ ਦੀ ਖਬਰ ਤਾਂ ਇਹ ਹੈ, ਪਰ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ 2 ਲੋਕਾਂ ਦੀ ਜਿਹਨਾਂ ਦੀ ਰਿਪੋਰਟ ਹੈ ਉਹ ਪੋਜ਼ਿਟਿਵ ਪਾਈ ਗਈ ਹੈ, ਜਿਨ੍ਹਾਂ ਵਿੱਚ ਇੱਕ ਡਾਕਟਰ ਵੀ ਸ਼ਾਮਲ ਹੈ। ਇੱਥੇ ਡਾਕਟਰ ਦੀ ਰਿਪੋਰਟ ਜਿਹੜੀ ਪੋਜ਼ਿਟਿਵ ਆਉਣ ਤੋਂ ਬਾਅਦ ਹਾਲਾਂਕਿ ਜਿੰਨੇ ਸਿਵਲ ਹਸਪਤਾਲ ਦੇ ਵਿੱਚ ਸਟਾਫ ਹੈ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣ ਗਿਆ ਕਿ ਸਾਰੇ ਜਿਹੜੇ ਨੇ ਕੋਰੋਨਾ ਪੀੜਤ ਉੱਥੇ ਨੇ ਉਹਨਾਂ ਦਾ ਇਲਾਜ ਕਰ ਰਹੇ ਨੇ। ਇਲਾਜ ਤੋਂ ਬਾਅਦ ਡਾਕਟਰ ਵੀ ਉਹਨਾਂ ਦੇ ਨਾਲ ਸੰਪਰਕ ਵਿੱਚ ਆਉਂਦੇ ਨੇ ਤੇ ਹੁਣ ਜਿਹੜਾ ਡਾਕਟਰ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਜਿਹੜੇ ਦੂਜੇ ਨਾਲ ਦੇ ਸਹਾਇਕ ਸਾਥੀ ਨੇ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਹੌਸਲਾ ਸੀ ਉਹ ਨਰਮ ਹੋ ਗਿਆ ਹੈ। ਸੋ ਉਹਨਾਂ ਦਾ ਜਿਹੜੇ ਟੈਸਟ ਆ ਉਹਨਾਂ ਦੇ ਵੀ ਜ਼ਰੂਰ ਲੈ ਜਾਣਗੇ। ਹਾਲਾਂਕਿ ਦੱਸਦੇ ਚੱਲਦੇ ਹਾਂ ਹੁਣ ਤੱਕ ਪੰਜਾਬ ਦੇ ਜਿਹੜੇ ਕੇਸਾਂ ਦੀ ਗੱਲ ਕੀਤੀ ਜਾਵੇ ਪੰਜਾਬ 'ਚ 186 ਕੇਸ ਪਹਿਲਾਂ ਸਨ ਤਾਂ ਹੁਣ ਜਿਹੜੀ 2 ਕੇਸ ਹੋਣ ਦੇ ਨਾਲ ਜਿਹੜਾ 188 ਜਿਹੜੇ ਕੇਸ ਨੇ ਉਹ ਹੋ ਜਾਣਗੇ। ਸੋ ਇੱਕ ਖਬਰ ਹੋਰ ਵੀ ਤੁਹਾਡੇ ਨਾਲ ਸਾਂਝਾ ਕਰਦੇ ਚੱਲਦੇ ਅਤੇ ਅੱਜ ਹੀ ਜਲੰਧਰ ਤੋਂ ਜਿਹੜੀ ਆ ਪਠਾਨਕੋਟ ਦੇ ਵਿਚਾਲੇ ਇੱਕ ਸਪੈਸ਼ਲ ਟ੍ਰੇਨ ਵੀ ਚਲਾਈ ਗਈ ਹੈ। ਇਸੇ ਟ੍ਰੇਨ ਦੇ ਵਿੱਚੋਂ ਡਾਕਟਰਾਂ ਦੀ ਜਿਹੜੀ ਟੀਮ ਦੇ ਲਈ ਆ ਇੱਕ ਵੱਖਰਾ ਜਿਹੜਾ ਕੋਚ ਹੈ ਉਹ ਲਗਾਇਆ ਗਿਆ। ਡਾਕਟਰਾਂ ਦੀ ਜਿਹੜੀ ਟੀਮ ਹੈ ਛੋਟੇ ਵੱਡੇ ਸਟੇਸ਼ਨਾਂ 'ਤੇ ਜਿਹੜੀ ਕੰਮ ਕਰੇਗੀ, ਜਿਹਦੇ ਵਿੱਚ ਰੇਲਵੇ ਕਰਮਚਾਰੀਆਂ ਦਾ ਜਿਹੜਾ ਚੈੱਕਅਪ ਵੀ ਹੋਵੇਗਾ। ਸੋ ਕੋਰੋਨਾ ਦੇ ਵੱਧਦੇ ਹੋਏ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ ਦੇ ਵਿੱਚ ਟ੍ਰੇਨਾਂ ਜਿਹੜੀ ਚੱਲਣੀਆਂ ਉਹ ਬੰਦ ਹੋ ਗਈਆਂ ਸਨ। ਸੋ ਪਰ ਰੇਲਵੇ ਕਰਮਚਾਰੀਆਂ ਨੂੰ ਜਿਹੜੀ ਹੈ ਰੇਲਵੇ ਸਟੇਸ਼ਨ 'ਤੇ ਜਿਹੜੀਆਂ ਲਾਈਨਾਂ 'ਤੇ ਆਪਣੀ ਜਿਹੜੀ ਡਿਊਟੀ ਕਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਸੋ ਉਹਨਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਰੇਲਵੇ ਦੀ ਜਿਹੜੀ ਡਾਕਟਰਾਂ ਦੀ ਇੱਕ ਟੀਮ ਨੂੰ ਚੈੱਕਅਪ ਕਰਨ ਦੇ ਲਈ ਅੱਜ ਭੇਜਿਆ ਗਿਆ ਸੀ ਜਲੰਧਰ ਤੋਂ ਪਠਾਨਕੋਟ ਦੇ ਵਿਚਾਲੇ ਜਿਹੜੀ ਅੱਜ ਇੱਕ
ਸਪੈਸ਼ਲ ਜਿਹੜੀ ਟ੍ਰੇਨ ਵੀ ਚੱਲੀ ਆ। ਸੋ ਇਸ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੇ ਚੱਲਦੇ ਹਾਂ ਕਿ ਜਲੰਧਰ ਦੇ ਵਿੱਚ ਪਹਿਲਾਂ 25 ਕੇਸ ਸਨ ਅਤੇ ਹੁਣ ਜਿਹੜੇ 2 ਹੋਰ ਕੇਸ ਸਾਹਮਣੇ ਆ ਗਏ ਨੇ। ਜਲੰਧਰ ਦੇ ਵਿੱਚ ਜਿਹੜਾ ਇਹ ਅੰਕੜਾ ਹੈ ਇਹ ਲਗਾਤਾਰ ਹੀ ਵੱਧਦਾ ਹੀ ਜਾ ਰਿਹਾ। ਸੋ ਜਲੰਧਰ ਦੇ ਜਿਹੜੇ ਲੋਕ ਨੇ ਇਸ ਵੇਲੇ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਜ਼ਰੂਰ ਦੇਖਿਆ ਜਾ ਸਕਦਾ, ਕਿਉਂਕਿ ਜਿਹੜਾ ਮੋਹਾਲੀ ਤੋਂ ਬਾਅਦ ਦੂਜਾ ਜਿਹੜਾ ਹੌਟਸਪੌਟ ਏਰੀਆ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਬਣਦਾ ਜਾ ਰਿਹਾ। 25 ਕੇਸ ਪਹਿਲਾਂ ਸਾਹਮਣੇ ਆਉਂਦੇ ਨੇ, ਸਵੇਰ ਤੋਂ ਹੀ ਹੁੰਦਾ ਕਿ ਸ਼ਾਇਦ ਕੋਈ ਕੇਸ ਨਹੀਂ ਆਵੇਗਾ, ਪਰ ਜਦੋਂ ਸ਼ਾਮ ਨੂੰ ਰਿਪੋਰਟਾਂ ਨਜ਼ਰ ਆਉਂਦੀਆਂ ਨੇ ਤਾਂ ਸ਼ਾਮ ਨੂੰ ਫਿਰ ਨਾ ਕੋਈ ਜਿਹੜਾ ਪਾਜ਼ਿਟਿਵ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਆਪਣੇ ਦਰਸ਼ਕਾਂ ਦੇ ਨਾਲ ਇੱਕ ਹੋਰ ਖਬਰ ਸਾਂਝਾ ਕਰਦੇ ਚੱਲਦੇ ਹਾਂ ਕਿ LPU ਯਾਨੀ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਰਾਹ ਦੀ ਖਬਰ, ਅੱਜ ਵੱਡੀ ਖਬਰ ਉੱਥੋਂ ਮਿਲੀ ਸੀ ਕਿ 39 ਲੋਕਾਂ ਦੇ ਜਿਹੜੇ ਟੈਸਟ ਲੈ ਗਏ ਸਨ ਉਹਨਾਂ 'ਚੋਂ 39 ਲੋਕਾਂ ਦੀ ਜਿਹੜੀ ਰਿਪੋਰਟ ਹੈ ਉਹ ਨੈਗੇਟਿਵ ਹੀ ਆਈ ਹੈ। ਸੋ 39 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਹੈ, ਇਹਦੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਸੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਸੀ ਕਿ ਜਿਸ ਸ਼ੈੱਫ ਦੀ ਮੌਤ ਹੁੰਦੀ ਹੈ ਪਹਿਲਾਂ ਇੱਕ ਅਫਵਾਹ ਉੱਠਦੀ ਹੈ ਕਿ ਉਸ ਸ਼ੈੱਫ ਦੀ ਜਿਹੜੀ ਮੌਤ ਹੈ ਕਰੋਨਾ ਪੋਜ਼ਿਟਿਵ ਹੋਣ ਕਰਕੇ ਹੁੰਦੀ ਹੈ, ਪਰ ਬਾਅਦ ਦੇ ਵਿੱਚ ਰਿਪੋਰਟ ਜਿਹੜੀ ਆਉਂਦੀ ਹੈ ਉਸਨੂੰ ਕਰੋਨਾ ਵਾਇਰਸ ਨਹੀਂ ਸੀ, ਉਹ ਸ਼ੈੱਫ ਵੀ ਜਿਹੜਾ ਹੈ ਨੈਗੇਟਿਵ ਹੀ ਪਾਇਆ ਜਾਂਦਾ, ਕਿਉਂਕਿ ਉਸ ਸ਼ੈੱਫ ਨੂੰ ਪਹਿਲਾਂ ਤੋਂ ਕੋਈ ਦਿੱਕਤ ਸੀ, ਬਿਮਾਰੀ ਸੀ, ਜਿਸ ਦੇ ਚੱਲਦੇ ਜਿਹੜੀ ਉਸਦੀ ਮੌਤ ਹੋਈ ਹੈ ਉਸਦੀ ਜਿਹੜੀ ਮੌਤ ਹੈ ਕਰੋਨਾ ਵਾਇਰਸ ਕਰਕੇ ਨਹੀਂ ਹੋਈ। ਜੇਕਰ ਗੱਲ ਕੀਤੀ ਜਾਵੇ ਸਿਰਫ ਇੱਕ ਹੀ ਜਿਹੜੀ ਵਿਦਿਆਰਥਣ ਹੈ ਉਸਦੀ ਜਿਹੜੀ ਰਿਪੋਰਟ ਹੈ ਕਰੋਨਾ ਵਾਇਰਸ ਪੋਜ਼ਿਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਉਸਨੂੰ ਕਪੂਰਥਲਾ ਦੇ ਵਿੱਚ ਜਿਹੜਾ ਇਲਾਜ ਦੇ ਲਈ ਲੈ ਕੇ ਆਂਦਾ ਗਿਆ ਹੈ। ਉਸ ਵਿਦਿਆਰਥਣ ਨੇ ਰਿਕਵਰੀ ਕਰਨੀ ਵੀ ਜਿਹੜੀ ਸ਼ੁਰੂ ਕਰ ਦਿੱਤੀ ਹੈ, ਪਰ ਜਿਹੜੇ ਲੋਕ ਉਸਦੇ ਬਹੁਤ ਹੀ ਕਰੀਬੀ ਸਨ ਦੱਸਿਆ ਜਾ ਰਿਹਾ ਸੀ ਕਿ 250 ਤੋਂ 300 ਦੇ ਲੋਕਾਂ ਦੇ ਵਿੱਚ ਇਹ ਜਿਹੜੀ ਵਿਦਿਆਰਥਣ ਹੈ ਸੰਪਰਕ ਦੇ ਵਿੱਚ ਆਈ ਜ਼ਰੂਰ ਸੀ, ਪਰ ਉਸ ਤੋਂ ਬਾਅਦ 20 ਲੋਕ ਅਜਿਹੇ ਸਨ ਜੋ ਉਸ ਲੜਕੀ ਦੇ ਜ਼ਿਆਦਾ ਕਰੀਬੀ ਸਨ ਅਤੇ ਉਹਨਾਂ ਦੇ ਜਿਹੜੇ ਟੈਸਟ ਲੈ ਗਏ ਸਨ ਅਤੇ ਉਹਨਾਂ ਦੇ ਵਿੱਚੋਂ ਜਿਹੜੀ ਹੁਣ ਰਿਪੋਰਟ ਅੱਜ ਜਿਹੜੀ ਰਿਪੋਰਟ ਆਈ ਹੈ 39 ਲੋਕਾਂ ਦੀ ਜਿਹੜੀ ਨੈਗੇਟਿਵ ਆਈ, ਉਹਦੇ ਵਿੱਚ ਸਟਾਫ ਵੀ ਸ਼ਾਮਿਲ ਹੈ। ਹਾਲਾਂਕਿ LPU ਦੇ ਵੱਲੋਂ ਆਪਣੇ ਹੀ ਜਿਹੜੇ ਜਿੰਨੇ ਵੀ ਸਟਾਫ ਸੀ ਨਾਲ ਜਿਹੜੇ ਵਿਦਿਆਰਥੀ ਹੋਸਟਲਾਂ ਦੇ ਵਿੱਚ ਰਹਿ ਰਹੇ ਸਨ ਉਹਨਾਂ ਵਿਦਿਆਰਥੀਆਂ ਨੂੰ ਵੀ ਕੁਆਰੰਟਾਈਨ ਜਿਹੜਾ ਹੋਸਟਲਾਂ ਦੇ ਵਿੱਚ ਕਰ ਦਿੱਤਾ ਗਿਆ। ਇਹ ਵਿਦਿਆਰਥੀ ਉਦੋਂ ਤੋਂ ਹੀ ਫਸੇ ਹੋਏ ਸਨ ਇੱਥੇ ਜਿਹੜੇ ਲੋਕਡਾਊਨ ਹੋਣ ਤੋਂ ਬਾਅਦ ਆਪਣੇ ਆਪਣੇ ਘਰਾਂ 'ਚ ਜਿਹੜੀ ਵਾਪਸੀ ਨਹੀਂ ਕਰ ਸਕੇ। ਇਹ ਵਿਦਿਆਰਥੀ ਜਿਹੜੇ ਸੀ ਹੋਸਟਲਾਂ ਦੇ ਵਿੱਚ ਰਹਿੰਦੇ ਸਨ ਅਤੇ ਲੋਕਡਾਊਨ ਦੇ ਕਰਕੇ ਇਹਨਾਂ ਦੀ ਜਿਹੜੀ ਵਾਪਸੀ ਹੈ ਨਹੀਂ ਹੁੰਦੀ। ਸੋ ਹੁਣ ਜਿਹੜੀ ਖਬਰ ਆ ਰਹੀ ਹੈ ਉਹ ਇਹ ਹੈ ਰੈਪਿਡ ਟੈਸਟ ਜਿਹੜੇ ਨੇ ਉਹ ਜਲੰਧਰ ਅਤੇ ਮੋਹਾਲੀ ਦੇ ਵਿੱਚ ਅੱਜ ਤੋਂ ਹੀ ਸ਼ੁਰੂ ਹੋਏ ਸਨ, ਕਿਉਂਕਿ ਇਹ ਉਹ ਟੈਸਟ ਨੇ ਪਹਿਲਾਂ ਜਿਨ੍ਹਾਂ ਦੀ ਰਿਪੋਰਟ ਆਉਣ 'ਚ ਇੱਕ ਸਮਾਂ ਜਿਹੜਾ ਪੂਰਾ ਇੱਕ ਦਿਨ ਨਿਕਲ ਜਾਂਦਾ ਸੀ, ਪਰ ਉਸ ਤੋਂ ਬਾਅਦ ਇਹ ਜਿਹੜੀ ਹੁਣ 15 ਮਿੰਟਾਂ ਦੇ ਵਿੱਚ ਜਿਹੜੀ ਰਿਪੋਰਟ ਆਵੇਗੀ, ਜਿਹੜੀਆਂ 2 ਕਿੱਟਾਂ ਨੇ ਉਹ 2 ਕਿੱਟਾਂ ਨਹੀਂ 500 ਕਿੱਟਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚੀਆਂ ਨੇ ਅਤੇ ਨਾਲ ਦੀ ਨਾਲ ਮੋਹਾਲੀ ਦੇ ਵਿੱਚ ਵੀ ਇਹ ਕਿੱਟਾਂ ਦਿੱਤੀਆਂ ਗਈਆਂ ਨੇ। ਸੋ ਅੱਜ ਤੋਂ ਹੀ ਜਿਹੜੀ ਰੈਪਿਡ ਟੈਸਟ ਦੀ ਸ਼ੁਰੂਆਤ ਹੋਈ ਸੀ, ਸੋ ਇਸ ਦੇ ਚੱਲਦੇ ਅੱਜ ਜਿਹੜੀ ਰੈਪਿਡ ਟੈਸਟਿੰਗ ਕੀਤੀ ਗਈ ਇੱਕ ਸਕਰੀਨਿੰਗ ਹੁੰਦੀ ਹੈ, ਜਿਸ ਦੇ ਵਿੱਚ ਤੁਹਾਡੇ ਨੱਕ ਦੇ ਸੈਂਪਲ ਲੈ ਜਾਂਦੇ ਨੇ ਨੱਕ ਦੇ ਵਿੱਚੋਂ ਅਤੇ ਨਾਲ ਦੀ ਨਾਲ ਤੁਹਾਡੇ ਥਰੋਟ ਦੇ ਸੈਂਪਲ ਲੈ ਜਾਂਦੇ ਨੇ, ਤੋ ਉਸ ਤੋਂ ਬਾਅਦ ਸੈਂਪਲ ਲੈਣ ਤੋਂ ਬਾਅਦ ਇਹ ਜਿਹੜੀ ਰਿਪੋਰਟ ਹੈ 15 ਕੁ ਮਿੰਟ ਦੇ ਸਮੇਂ ਦੇ ਵਿੱਚ ਤੁਹਾਡੇ ਤਾਂ ਪਹੁੰਚ ਜਾਂਦੀ ਹੈ ਅਤੇ ਰਿਪੋਰਟ ਜਿਹੜੀ ਹੈ ਉਸੇ ਟਾਈਮ ਤੁਹਾਨੂੰ ਮਿਲੇਗੀ, ਤੁਹਾਡਾ ਜਿਹੜਾ ਟੈਸਟ ਦੇ ਵਿੱਚ ਕੀ ਆਉਂਦਾ ਹੈ ਨੈਗੇਟਿਵ ਜਾਂ ਪੋਜ਼ਿਟਿਵ। ਇਹ 15 ਮਿੰਟ ਦੇ ਬਾਅਦ ਤੁਹਾਨੂੰ ਜਿਹੜੀ ਇਸਦੀ ਜਿਹੜੀ ਜਾਂਚ ਹੈ ਉਹ ਸੈਂਪਲ ਹੈ ਤੁਹਾਨੂੰ ਸੂਚਨਾ ਹੈ ਖਬਰ ਜਿਹੜੀ ਹੈ ਮਿਲ ਜਾਵੇਗੀ। ਸੋ ਹੁਣ ਅੱਜ ਜਿਹੜੇ ਟੈਸਟ ਹੋਏ ਆ ਸਿਵਲ ਹੋਸਪਿਟਲ ਦੇ ਵਿੱਚ ਉਹ 17 ਲੋਕਾਂ ਦੇ ਹੋਏ ਸਨ ਅਤੇ ਜਿਨ੍ਹਾਂ ਦੇ ਵਿੱਚੋਂ 2 ਦੀ ਰਿਪੋਰਟ ਜਿਹੜੀ ਹੈ ਉਹ ਪੋਜ਼ਿਟਿਵ ਆਉਂਦੀ ਹੈ ਅਤੇ ਉਹਨਾਂ ਦੇ ਵਿੱਚ ਇੱਕ ਸਿਵਲ ਹਸਪਤਾਲ ਦਾ ਡਾਕਟਰ ਵੀ ਸ਼ਾਮਲ ਹੈ। ਸੋ ਹਾਲਾਂਕਿ ਇਹ ਜਿਹੜੀ ਰਿਪੋਰਟ ਪਹਿਲਾਂ ਆਉਂਦੀ ਸੀ ਉਸਨੂੰ ਅੰਮ੍ਰਿਤਸਰ ਦੇ ਵਿੱਚ ਸੈਂਪਲਾਂ ਦੇ ਲਈ ਭੇਜਿਆ ਜਾਂਦਾ ਸੀ, ਪਰ ਹੁਣ ਨਾਲ ਦੀ ਨਾਲ ਜਿਹੜੇ ਰਿਪੋਰਟ ਹੈ ਉਹ ਜਲਦ ਤੋਂ ਜਲਦ ਜਿਹੜੀ ਉਸੇ ਟਾਈਮ ਜਿਹੜੀ ਇੱਥੇ ਸਿਵਲ ਹੋਸਪਿਟਲ ਦੇ ਵਿੱਚ ਹੀ ਮਿਲ ਜਾਇਆ ਕਰੇਗੀ। ਸੋ ਇਸ ਦੇ ਨਾਲ ਹੀ ਹਾਲਾਂਕਿ ਦੱਸਿਆ ਜਾ ਰਿਹਾ ਕਿ 2 ਕੇਸ ਜਿਹੜੇ ਨੇ ਹੁਣ ਸਾਹਮਣੇ ਆਏ ਨੇ, ਪਹਿਲਾਂ ਤੋਂ ਹੀ 25 ਕੇਸ ਜਿਹੜੇ ਜਲੰਧਰ ਦੇ ਵਿੱਚ ਸਨ ਸ਼ਾਮ ਦੇ ਵੇਲੇ। ਕੱਲ੍ਹ ਹੀ ਜਿਹੜਾ 72 ਸਾਲਾ ਇੱਕ ਵਿਅਕਤੀ ਹੈ ਦਾਨ ਸ਼ਮੰਦਾ ਦੇ ਵਿੱਚ ਉਸਦੀ ਜਿਹੜੀ ਰਿਪੋਰਟ ਹੈ ਉਹ ਪੋਜ਼ਿਟਿਵ ਆਉਂਦੀ ਹੈ ਅਤੇ ਹੁਣ ਇੱਕ ਹੋਰ ਜਿਹੜੇ 2 ਜਿਹੜੇ ਲੋਕ ਨੇ ਉਹਨਾਂ ਦੀ ਰਿਪੋਰਟ ਵੀ ਪੋਜ਼ਿਟਿਵ ਆਉਂਦੀ ਹੈ। ਸੋ ਇਸ ਦੇ ਨਾਲ ਹੀ ਆਪ ਸਭ ਨੂੰ ਗੁਜ਼ਾਰਿਸ਼ ਕੀਤੀ ਜਾਂਦੀ ਹੈ, ਵਾਰ ਵਾਰ ਸਭ ਦੇ ਵੱਲੋਂ ਅਪੀਲ ਕੀਤੀਆਂ ਜਾਂਦੀਆਂ ਨੇ ਕਿ ਆਪ ਆਪਣੇ ਘਰਾਂ ਦੇ ਵਿੱਚ ਰਹੋ। ਹੁਣ 3 ਮਈ ਦੇ ਤੱਕ ਜਿਹੜਾ ਆ ਪੰਜਾਬ ਦੇ ਵਿੱਚ ਲੋਕਡਾਊਨ ਵੀ ਜਾਰੀ ਹੈ, ਬਹੁਤ ਸਾਰੇ ਜਿਹੜੇ ਕੇਸ ਨੇ ਪੰਜਾਬ ਦੇ ਵਿੱਚ ਵੱਧਦੇ ਹੀ ਜਾ ਰਹੇ ਆ। ਸੋ ਜੇਕਰ ਇਹਨਾਂ ਕੇਸਾਂ 'ਤੇ ਫੁੱਲ ਸਟੋਪ ਲਗਾਉਣਾ ਹੈ, ਕਰੋਨਾ ਨੂੰ ਤੁਸੀਂ ਹਰਾਉਣਾ ਚਾਹੁੰਦੇ ਹੋ, ਤਾਂ ਆਪਣੇ ਆਪਣੇ ਘਰਾਂ ਦੇ ਵਿੱਚ ਬੈਠਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। ਸੜਕਾਂ 'ਤੇ ਘੁੰਮਣ ਦੇ ਨਾਲ ਆਲੇ ਦੁਆਲੇ ਦੇ ਲੋਕਾਂ ਦੇ
संपर्क विच आउण दे नाल तुसी जिहड़ा आ इस बीमारी तो ग्रस्त जरूर हो सकते हो, क्योंकि थानू नहीं पता कि केड़ा जिहड़ा व्यक्ति है उस दे विच कोरोना दे लक्षण ने जां कोरोना तो पीड़ित है। इसलिए जिहड़ा अपना जिहड़ा ख्याल तुसी आप ही रखना है, समय समय से अपने डॉक्टरां नूं मिलदे भी जरूर रहो, क्योंकि जेकर थानू हल्का बुखार खांसी जुकाम के लक्षण आते हैं तो जरूर जिहड़ा तुसी अपने डॉक्टर नूं दिखाओ जरूर। इस दे नाल इह नहीं है कि जेकर थानू हल्की खांसी जुकाम है कि थानू कोरोना ही होवेगा। कई लोग की होंगे ने जेकर किसी नूं हल्का फीवर है ज जुकाम है, लोग डरते मारे जो अपना टेस्ट नहीं करवा चाहते कि शायद सानू कोरोना ना हो। सो इस जो हउए नूं अपने मन के बाहर कढ़ना चाहिए, क्योंकि जोड़े आम तौर पर आम दिनों की जेकर गल की जाए उदों भी असं कई बार जो खांसी सानू जुकाम हल्का फीवर जड़ा हो जाता सी, पर हुण जड़ा जिहड़ी हालात बहुत ही नाजुक चलते पए ने इन्हां हालातों नूं मद्देनज़र रखते हुए तुहानूं अपना ख्याल रखना बेहद जरूरी हो जाता। लोगों के नाल संपर्क विच ना आओ, सड़कां ते बिना वजह ना घूमो, अपने सिर्फ कम्मां करां ते पहुँचो, वापस अपने परिवार के नाल आके तुसीं समां बिताउणा हुंदा है। सो अपना जिहड़ा ख्याल तुसीं आप ही रखना है। सो हुण तक जेकर गल कीती जावे पंजाब दे विच 186 पॉजिटिव केस सामने आ चुके ने, जदकि कोरोना वायरस करके 13 लोगों की मौत भी हो चुकी है ते 22 लोग जड़े ने वो ठीक भी होए ने। सो जेकर 22 लोग रिकवरी कर सकते ने सो इस दे नाल तुसी जड़े कोरोना दी चेन नू तुसी बिल्कुल हरा सकते हो। सो इस दे नाल ही आप सब नू जड़ी एक तो बार फिर तो अपील करदे कि अपने घरां दे विच सुरक्षित रहो, अपने परिवार दे नाल जेकर लंबी जिंदगी बितानी है सो सड़कां ते बेवजह ना आओ। एक बार फिर तो दसे चलदे आ कि जलंधर दे विच 2 होर जड़े ने पॉजिटिव मरीज पाए गए ने, उन्हें एक डॉक्टर भी शामिल है। सो तुसी अपना ख्याल हुण आप रखना है। पल पल दी अपडेट दे लई डेली पोस्ट पंजाबी दे नाल इस ही तरह तुसी जुड़े रहना है। सहयोगी साथी मनीष दे नाल मनदीप कौर संधू जलंधर तों।